पंजाब के लोग नहीं चाहते नरेंद्र मोदी को, पंजाब के लोग उत्थे रूहां ते बैठे ने दिल्ली दे विच इन्ने महीनों तो उत्थे नरेंद्र मोदी को क्रांतिकारी लोग नहीं देखते। उत्थे फिर जलियांवाले बाग जदों कल नूं इह सारिआं नूं शहीद करा देणगे, इह कॉर्पोरेट कंपनी से जदों टिकरी बॉर्डर सिंघू बॉर्डर भी एक जलियांवाले बाग वर्गा कुछ बन जूगा, उत्थे इहो जिहे लोग आ के अंबानिया अंडानिया वर्गे उद्घाटन करनगे। शर्मनाक गल है। तो अज जे असीं बादल साहब नूं कहीए, उह सब तों वड्डे किसान आ, बादल साहब नूं कहीए उह सब तों वड्डे किसान आ। जदों खुद ही असीं अपने ईमान वेचे होए आ, कुछ जदों खुद ही असीं वोटां वाले वेख जांदे आ, तां फिर सरकारां की करनगीआं। ਮੈਂ ਸ਼ਰਾਬ ਦੀ ਬੋਤਲ ਲੈ ਕੇ ਵੋਟ ਪਾ ਦੂੰਗੀ ਤੇ ਫਿਰ ਮੇਰਾ ਹੀ ਮਾਨ ਵਿਕਿਆ ਹੋਇਆ ਨਾ। ਇਹ ਤੇ ਲੋਕਾਂ ਦੇ ਵਿੱਚ ਕ੍ਰਾਂਤੀ ਹੋਣੀ ਚਾਹੀਦੀ ਹੈ, ਲੋਕਾਂ ਦੇ ਵਿੱਚ ਜਾਗਰੂਕਤਾ ਹੋਣੀ ਚਾਹੀਦੀ ਜਿਹੜੀ ਕਿ ਅੱਜ ਹੈਗੀ ਹੈ, ਜਿਹੜੀ ਕਿ ਮੋਰਚੇ ਨੇ ਲਿਆਂਦੀ ਹੈ। ਤੇ ਆਪੇ ਲੋਕ ਆਪੇ ਵੇਖਣਗੇ, ਆਪੇ ਲੋਕ ਡਿਸਾਈਡ ਕਰਨਗੇ। ਇਹ ਲੋਕਾਂ ਦਾ ਏਕਤਾ ਡਿਸਾਈਡ ਕਰੂਗਾ ਵੀ ਸਾਡਾ ਲੀਡਰ ਕੌਣ ਹੋਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ H1 ਨਿਊਜ਼ ਚੈਨਲ। ਇਸ ਸਮੇਂ ਅਸੀਂ ਮੌਜੂਦ ਆ ਬੜੋਦੀ ਟੋਲ ਪਲਾਜ਼ਾ ਦੇ ਉੱਤੇ, ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਸਾਡੇ ਨਾਲ ਦੇਖ ਸਕਦੇ ਹੋ, ਸੋਨੀਆ ਮੈਮ ਮੌਜੂਦ ਨੇ। ਸੋ ਲੰਬੇ ਅਰਸੇ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰ ਚੁੱਕੇ ਨੇ, ਪਰ ਅੱਜ ਇਹ ਪੰਜਾਬ ਦੀ ਧੀ ਬਣ ਕੇ ਸੰਯੁਕਤ ਮੋਰਚੇ ਨੂੰ ਆਪਣਾ ਲੰਬੇ ਸਮੇਂ ਤੋਂ ਸਾਥ ਦੇ ਰਹੇ ਨੇ। ਸੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਤੁਸੀਂ ਅੱਜ ਇੱਥੇ ਪਹੁੰਚੇ ਹੋ ਆਪਣਾ ਰੈਲੀ ਨੂੰ ਲੈ ਕੇ, ਉਹਦੇ ਬਾਰੇ ਕੀ ਲੋਕਾਂ ਨਾਲ ਕੀ ਇਸ ਗੱਲ ਸਾਂਝੀ ਕਰਨਾ ਚਾਹੁੰਦੇ ਹੋ? 19 ਤਰੀਕ ਨੂੰ ਜਿਹੜੀ ਰੈਲੀ ਕੀਤੀ ਜਾ ਰਹੀ ਹੈ, ਅਤੇ ਕਿੱਥੇ ਕਿੱਥੇ ਜਿਹੜੀ ਇਹ ਰੈਲੀ ਦੀ ਪਹੁੰਚ ਕੀਤੀ ਜਾਏਗੀ? ਵੇਖੋ ਜੀ, 19 ਤਰੀਕ ਨੂੰ ਕੀਤੀ ਜਾ ਰਹੀ ਹੈ, 19 ਸਪਟੈਂਬਰ ਨੂੰ ਆਮ ਸਾਹਿਬ ਗੁਰਦੁਆਰੇ ਦੇ ਨਾਲ ਜਿਹੜੀ ਗਰਾਊਂਡ ਹੈ ਉੱਥੇ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਲੀਡਰ ਉੱਥੇ ਆਉਣਗੇ, ਰਾਜੇਵਾਲ ਸਾਹਿਬ ਆਉਣਗੇ, ਜੋਗਿੰਦਰ ਉਗਰਾਹਾਂ ਜੀ ਆਉਣਗੇ, ਰੁਲਦੂ ਮਾਨਸਾ ਜੀ ਆਉਣਗੇ, ਰਜਿੰਦਰਦੀਪ ਸਿੰਘ ਵਾਲਾ ਜੀ ਆਉਣਗੇ, ਟਕੈਤ ਸਾਹਿਬ ਆਉਣਗੇ, ਉਮਰਾ ਰਾਓ ਜੀ ਆਉਣਗੇ ਰਾਜਸਥਾਨ ਤੋਂ, ਪਵਨ ਤੁਗਲ, ਜਿੰਨੇ ਅਸੀਂ ਸਟੇਟਾਂ ਤੋਂ ਲੀਡਰ ਜਿਹੜੇ ਸਾਡੇ ਹੈਗੇ ਨੇ, ਰਾਜਸਥਾਨ ਜੁੜਿਆ, ਹਰਿਆਣਾ ਜੁੜਿਆ, ਪੰਜਾਬ, ਜਿੰਨੇ ਵੀ ਮਤਲਬ ਸੰਯੁਕਤ ਮੋਰਚੇ ਨਾਲ ਸਾਰੇ ਲੀਡਰਸ ਆਉਣਗੇ। ਨਾਲ ਹੀ ਅਸੀਂ ਜਿਹੜੀਆਂ ਲੇਬਰ ਯੂਨੀਅਨਸ ਆ ਉਹਨਾਂ ਦੇ ਲੀਡਰਸ ਨੂੰ ਸੱਦਿਆ, ਆਪਣੀਆਂ ਪ੍ਰੋਬਲਮਸ ਰੱਖਣ। ਸੰਯੁਕਤ ਕਿਸਾਨ ਮੋਰਚਾ ਹਰ ਇੱਕ ਨੂੰ ਸਮਰਪਣ ਦਿੰਦਾ, ਔਰ ਜੋ ਅਸੀਂ ਸੰਯੁਕਤ ਕਿਸਾਨ ਮੋਰਚਾ ਸਮਰਪਿਤ ਕੀਤੀ ਉਹ ਰੈਲੀ, ਤੁਸੀਂ ਲੀਡਰ ਸਾਰੇ ਆ ਕੇ ਉੱਥੇ ਬੋਲੋ। ਸਾਰੀਆਂ ਯੂਨੀਅਨ ਜਿਵੇਂ ਅਮਰੀਕਾ ਯੂਨੀਅਨ ਨੂੰ ਅਸੀਂ ਉੱਥੇ ਸੱਦਾ ਪੱਤਰ ਦਿੱਤਾ, ਟੀਚਰ ਯੂਨੀਅਨ ਦਿੱਤਾ, ਵੀ ਸਾਰਿਆਂ ਦੀਆਂ ਪ੍ਰੋਬਲਮਸ ਇੱਕ ਇਕੱਠੀਆਂ ਰੱਖੀਆਂ ਜਾਣ ਤਾਂ ਕਿ ਸਰਕਾਰ ਉਹਨਾਂ ਦਾ ਸੋਰਟ ਆਊਟ ਕਰ ਸਕੇ, ਔਰ ਸਰਕਾਰ ਦਾ ਇੱਕ ਮਜ਼ਬੂਤੀ ਦੇ ਨਾਲ ਇੱਕ ਸਟੇਟ ਤੋਂ ਇੱਕ ਏਕੇ ਦੇ ਨਾਲ ਵਿਰੋਧ ਕੀਤਾ ਜਾਵੇ। ਸੋ ਹਾਲ ਹੀ ਦੇ ਵਿੱਚ ਮੈਮ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਉਦਘਾਟਨ ਹੈ ਨਰਿੰਦਰ ਮੋਦੀ ਵੱਲੋਂ ਕੀਤਾ ਜਾਂਦਾ, ਅਤੇ ਜਿਹੜੀ ਰਣਜੀਤ ਬਾਵਾ ਵੱਲੋਂ ਵੀ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਜਾਂਦੀ ਹੈ, ਜਿਸ ਵਿੱਚ ਪੰਜਾਬੀ ਜੋ ਹੈ ਉਹ ਬਿਲਕੁਲ ਲਾਸਟ ਦੇ ਵਿੱਚ ਲਿਖੀ ਜਾਂਦੀ ਹੈ, ਜਾਨੀ ਕਿ ਪੰਜਾਬ ਦੇ ਵਿੱਚ ਉਦਘਾਟਨ ਵੀ ਹੋ ਰਿਹਾ ਨਰਿੰਦਰ ਮੋਦੀ ਦਾ, ਜਿੱਥੇ ਉਹਨਾਂ ਦਾ ਵਿਰੋਧ ਹੋ ਰਿਹਾ, ਕਿਵੇਂ ਦੇਖਦੇ ਹੋ ਇਸ ਚੀਜ਼? ਵੇਖੋ ਜੀ, ਉਹ ਤਾਂ ਸਰਕਾਰ ਦਾ ਹੱਥ ਹੈ ਉਹਦੇ ਵਿੱਚ, ਜਦੋਂ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਨਰਿੰਦਰ ਮੋਦੀ ਨੂੰ, ਪੰਜਾਬ ਦੇ ਲੋਕ ਉੱਥੇ ਰੂਹਾਂ 'ਤੇ ਬੈਠੇ ਨੇ ਦਿੱਲੀ ਦੇ ਵਿੱਚ ਇੰਨੇ ਮਹੀਨਿਆਂ ਤੋਂ, ਉੱਥੇ ਨਰਿੰਦਰ ਮੋਦੀ ਨੂੰ ਕ੍ਰਾਂਤੀਕਾਰੀ ਲੋਕ ਨਹੀਂ ਦੇਖਦੇ, ਉੱਥੇ ਫਿਰ ਜਲ੍ਹਿਆਂਵਾਲੇ ਬਾਗ ਜਦੋਂ ਕੱਲ੍ਹ ਨੂੰ ਇਹ ਸਾਰਿਆਂ ਨੂੰ ਸ਼ਹੀਦ ਕਰਾ ਦੇਣਗੇ, ਇਹ ਕਾਰਪੋਰੇਟ ਕੰਪਨੀ ਸੇ ਵਿੱਚ ਜਦੋਂ ਟਿਕਰੀ ਬਾਰਡਰ ਸਿੰਘੂ ਬਾਰਡਰ ਵੀ ਇੱਕ ਜਲ੍ਹਿਆਂਵਾਲੇ ਬਾਗ ਵਰਗਾ ਕੁਛ ਬਣ ਜੂਗਾ, ਉੱਥੇ ਇਹੋ ਜਿਹੇ ਲੋਕ ਆ ਕੇ ਅੰਬਾਨੀਆਂ ਅੰਡਾਨੀਆਂ ਵਰਗੇ ਉਦਘਾਟਨ ਕਰਨਗੇ। ਸ਼ਰਮਨਾਕ ਗੱਲ ਹੈ ਇਹ ਤਾਂ, ਹੈ ਨਾ? ਸਹੀ ਗੱਲ ਹੈ, ਉਦਘਾਟਨ ਹੋਣਾ ਚਾਹੀਦਾ ਸ਼ਹੀਦਾਂ ਦੇ ਪਰਿਵਾਰਾਂ ਤੋਂ, ਭਗਤ ਸਿੰਘ ਦੇ ਪਰਿਵਾਰ ਤੋਂ, ਜਾਂ ਸੁਜੁਕ ਜਿਹੜੇ ਬਾਰਡਰ ਦੇ ਉੱਤੇ ਸ਼ਹੀਦ ਪਰਿਵਾਰ ਆ ਉਹਨਾਂ ਦੇ ਕੋਲੋਂ ਉਦਘਾਟਨ ਹੋਣਾ ਚਾਹੀਦਾ ਇਹੋ ਜਿਹੀ ਪਵਿੱਤਰ ਜਗ੍ਹਾ ਦਾ, ਨਾ ਕਿ ਇਹੋ ਜਿਹੇ ਬੰਦੇ ਤੋਂ ਹੋਣਾ ਚਾਹੀਦਾ ਜਿਹੜਾ ਇੰਨੇ ਜ਼ਿਆਦਾ ਖੂਨਾਂ ਦੇ ਨਾਲ ਹੱਥ ਰੰਗਿਆ ਹੋਵੇ, ਇੰਨੇ ਕਿਸਾਨਾਂ ਨੂੰ ਮਾਰਤਾ, ਸਾਡੇ ਇੰਨੇ ਕਿਸਾਨ ਸ਼ਹੀਦ ਹੋ ਗਏ। ਇਹ ਸਾਰਾ ਕਿਹਨੂੰ ਜਾਂਦਾ ਹੈ? ਕ੍ਰੈਡਿਟ ਕਿਹਨੂੰ ਜਾਂਦਾ? ਸਾਡੇ ਓਨਰੇਬਲ ਪ੍ਰਾਈਮ ਮਿਨਿਸਟਰ ਨੂੰ ਜਾਂਦਾ, ਜਿਹੜੇ 9 ਸਾਲ ਤੋਂ ਉੱਤੇ ਲੋਕ ਬੈਠੇ ਆ, ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਕਿ ਕਰੋਨਾ ਕਰ ਰਹੇ। ਕਰੋਨਾ ਤੋਂ ਵੀ ਹੋਰ ਖਤਰਨਾਕ ਬਿਮਾਰੀਆਂ ਹੈਗੀਆਂ ਨੇ, ਉੱਥੇ ਮੱਛਰ ਆ, ਉੱਥੇ ਗਰਮੀ ਆ ਗਈ, ਸਰਦੀ ਆ ਗਈ, ਇੰਨੇ ਲੋਕ ਸਫ਼ਰ ਕਰ ਰਹੇ ਨੇ, ਇਹ ਤਾਂ ਵੇਖਦਾ ਨਹੀਂ ਆ। ਉਦਘਾਟਨ ਕਰਨ ਆ ਸਕਦੇ ਹੋ, ਤੁਹਾਡੀ ਇੰਨੀ ਸੈਲਫ ਰਿਸਪੈਕਟ ਹੈਗੀ ਵੀ ਤੁਹਾਡਾ ਇੰਨਾ ਵਿਰੋਧ ਹੋ ਰਿਹਾ, ਤੁਹਾਡੇ ਪੁਤਲੇ ਸਾੜੇ ਜਾ ਰਿਹਾ, ਫਿਰ ਵੀ ਤੁਸੀਂ ਉੱਥੇ ਆ ਰਹੇ ਹੋ, ਔਰ ਉੱਥੇ ਤੁਸੀਂ ਊਧਮ ਸਿੰਘ ਦੀ ਜਿਹੜੀ ਮੂਰਤੀ ਆ ਉਹ ਤੁਸੀਂ ਚੇਂਜ ਕਰ ਰਹੇ ਹੋ। ਸ਼ਰਮਨਾਕ ਗੱਲ ਹੈ। ਮੈਂ ਤਾਂ ਕਹਿੰਦੀ ਹਾਂ ਲੋਕਾਂ ਦੇ ਵਿੱਚ ਕ੍ਰਾਂਤੀ ਆ ਰਹੀ ਹੈ, ਲੋਕ ਖੁਦ ਸਮਝ ਰਹੇ ਨੇ ਵੀ ਸਰਕਾਰਾਂ ਦਾ ਕਿਵੇਂ ਵਿਰੋਧ ਕਰਨਾ ਚਾਹੀਦਾ। ਪਹਿਲਾਂ ਮੈਮ ਜਿਹੜਾ ਹੈਗਾ ਆਪਣਾ ਸੰਯੁਕਤ ਮੋਰਚੇ ਨੂੰ ਲੈ ਕੇ ਲੋਕਾਂ ਦੇ ਵਿੱਚ ਸਵਾਲ ਉੱਠੇ ਸੀ ਗਿਣਤੀ ਨੂੰ ਲੈ ਕੇ, ਪਰ ਅਗਰ ਦੇਖਿਆ ਜਾਏ ਤਾਂ ਕਰਨਾਲ ਦੇ ਹਾਦਸੇ ਤੋਂ ਬਾਅਦ, ਮੋਗੇ ਦੇ ਹਾਦਸੇ ਤੋਂ ਬਾਅਦ ਦੁਬਾਰਾ ਕਿਤੇ ਨਾ ਕਿਤੇ ਸੰਯੁਕਤ ਮੋਰਚਾ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ, ਲੋਕ ਵੱਧ ਤੋਂ ਵੱਧ ਜਿਹੜੇ ਜੁੜ ਰਹੇ ਨੇ, ਅੱਜ ਕਿਵੇਂ ਦੇਖਦੇ ਹੋ ਸੰਯੁਕਤ ਮੋਰਚੇ ਨੂੰ? ਵੇਖੋ ਜੀ, ਲੋਕ ਪਹਿਲਾਂ ਤੋਂ ਹੀ ਜੁੜੇ ਹੋਏ ਨੇ, ਕਦੇ ਵੀ ਇੰਝ ਨਹੀਂ ਹੋਇਆ ਵੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਲੋਕ ਘਟੇ ਹੋਣ, ਉਵੇਂ ਲੋਕ ਵਾਪਸ ਆਉਂਦੇ ਨੇ, ਆਪਣੇ ਘਰਾਂ ਦੇ ਕੰਮ ਕਰਕੇ ਵਾਪਸ ਚਲ ਜਾਂਦੇ ਨੇ। ਸਾਡੀ ਮਜ਼ਬੂਤੀ ਉਸੇ ਤਰੀਕੇ ਦੇ ਨਾਲ ਹੈ, ਔਰ ਹੋਰ ਮਜ਼ਬੂਤੀ ਵੱਧ ਗਈ ਹੈ ਉਲਟਾ। ਤੁਸੀਂ ਵੇਖ ਲਓ ਯੂਪੀ ਕਿੰਨੀ ਹੱਦ ਤੱਕ ਵੱਧ ਚੁੱਕਿਆ, ਸਾਡੇ ਨਾਲ ਜੁੜ ਚੁੱਕਿਆ, ਕੇਰਲਾ ਜੁੜ ਚੁੱਕਿਆ, ਹੋਰ ਸਟੇਟਾਂ ਜੁੜ ਚੁੱਕੀਆਂ ਨੇ। ਸੋ ਅਸੀਂ ਮੋਰਚਾ ਫਤਿਹ ਕਰਕੇ ਹੀ ਆਵਾਂਗੇ। ਸੋ ਮੈਮ ਅਗਰ ਦੇਖਿਆ ਜਾਏ ਲੋਕਾਂ ਦੇ ਸਵਾਲ ਨੇ, ਲੋਕ ਚਾਹੁੰਦੇ ਨੇ ਕਿ ਕਿਤੇ ਨਾ ਕਿਤੇ ਕਿਸਾਨ ਆਪਣੀ ਪਾਰਟੀ ਬਣਾਉਣ, ਤਾਂ ਕਿ ਜਿਹੜੇ ਲੋਕ ਅੱਜ ਵੀ ਕਿਤੇ ਨਾ ਕਿਤੇ ਪਾਰਟੀਆਂ ਦੇ ਵਿੱਚ ਅਲੱਗ ਅਲੱਗ ਪਾਰਟੀਆਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ, ਉਹ ਇੱਕ ਪਾਰਟੀ ਨੂੰ ਜੁੜ ਜਾਣ ਕੇ ਕਿਸਾਨੀ ਨੂੰ ਜਿਹੜਾ ਹੈਗਾ ਆਪਣੀ ਤਰਜੀਹ 'ਤੇ ਰੱਖਣ? ਵੇਖੋ ਜੀ, ਜਿਹੜੇ ਵੀ ਉਹ ਪਾਰਟੀਆਂ ਦੇ ਵਿੱਚ ਹੈਗੇ ਉਹ ਵੀ ਕਿਸਾਨ ਹੀ ਆ ਬੇਸਿਕਲੀ, ਜੇ ਦੇਖਿਆ ਜਾਵੇ। ਅੱਜ ਜੇ ਅਸੀਂ ਬਾਦਲ ਸਾਹਿਬ ਨੂੰ ਕਹੀਏ ਉਹ ਸਭ ਤੋਂ ਵੱਡੇ
किसान हाँ, बट उन्होंने उन्होंने जेडे चीज़ा आ उन्होंने चेंज करनिया पैणगियां। उन्होंने पार्टीबाजी तो उत्ते उठ के एक बार किसान संयुक्त किसान मोर्चे को सपोर्ट करना पेगा। उन्होंने व्डे तो व्डे कट्ठ जे मोर्चे वाल भेजने पैणगे। ए ही कैप्टन साहब न करना पेगा, पहले इस टाइम पार्टीबाजी छोड़ो, इस टाइम मोर्चे को सपोर्ट करो। जो इलैक्शन आऊगी इलैक्शन का वेख लियो, पर राइट नाउ तो आप यही कहने भी मोर्चे को मजबूती दो। तो मैम अज पंजाब के हालातों को किमें देखते हो, क्योंकि देखा जाए हर वर्ग जरा इस समय संघर्ष कर रहा है, चाहे वह किसी भी किते दे नाल जुड़िया होवे, हर इंसान संघर्ष करता हुआ नज़र आ रहा है, किवें देख? वेखो मैं आ नहीं कहती भी वो जिम्मेवार कोई बादल सरकार है, जो जिम्मेवार कोई कैप्टन सरकार है, वो जिम्मेवार कोई बीजेपी सरकार है, वो जिम्मेवार असी खुद हाँ। जो खुद ही असी अपने ईमान वेचे हुए आ, जो खुद ही असी वोटों वाले वेख जाने तो फिर सरकार की करनगियां? सरकार तो आनगियां ही, उतना झूठे वादे करनगियां ही। अज मैं ही शराब की बोतल लैके वोट पा दूंगी तो फिर मेरा ईमान विकया होया ना। ये लोगों के क्रांति होनी चाहिए, लोगों के जागरूकता होनी चाहिए, जिहड़ी कि अज हैगी है, जिहड़ी कि मोर्चे ने लियांदी है। तो आपे लोग आपे वेखे, आपे लोग डिसाइड करेंगे, ये लोगों का एकता डिसाइड करेगा भी साडा लीडर कौन होगा। सो मैम 19 तरीक की रैली में लैके लोगों को अपील करना चाहनी? मैं यही अपील करना चाहनी कि वड्डा इकट्ठ करो, सरकार दे उत्ते दबदबा बनाओ। जिन्ना वड्डा इकट्ठ संयुक्त किसान मोर्चे के लीडर सुनने वास्ते होगा ना, उन्ना वड्डा दबाव जिहड़ा तुहाडा उत्ते दिल्ली तक पहुँचूगा। सी आई डी हर किते, अज इत्थे भी सी आई डी होगी, हर किते सी आई डी है, हर एक दे पिछे सी आई डी है। सो सी आई डी दी रिपोर्टां उत्ते जांदियां ने, जिथे भी तुहाडी संयुक्त किसान मोर्चे की कॉल आती है उत्थे ज़्यादा तो ज़्यादा सारी बीबियां नूं ज़्यादा शमूलीयत करनी चाहिए है, सारियां नूं शमूलीयत करनी चाहिए है। मैम जिहड़ियां रैलियां दे विच आपां हादसे देखे ने, करनाल दे विच वी ते मोगे दे विच वी, ते आ जिहड़ी रैली हो रही है, तुसीं अपने नाल दे लोकां नूं किवें जिहड़ी हैगी है सेध दोगे, या प्रशासन तो किस तरह की जी मदद की अपील करोगे, या किस तरह का तुम चाहते? मैं यही चाहनी हाँ भी प्रशासन किसी भी तरीके की रोक टोक ना करे किसानों की रैली वास्ते, सगो सपोर्ट करे, सगो सुरक्षा प्राप्त करे कि वधिया सारा तरीके दे नाल डिसिपलिन पीसफुली ते डिसिपलिन तरीके दे नाल। थैंक यू सो मच मैम। सो सुन रहे सी सोनिया मान वालों जी पंजाब के लोगों को अपील की गई कि वध तो वध जी हैगी 19 तरीक नूं जी रैली की जा रही है वो शमूलीयत करन, क्योंकि इस रैली दे विच ना कि पंजाब दे लोग पहुँच रहे ने, इस विच बहुत दूर दूर तो जिहड़े लोग पहुँच रहे ने, जिहड़ियां संयुक्त जथेबंदियां ने वड्डे पद्धर ते इस रैली दे विच पहुँचणगियां, तमिलनाडु तो, हरियाणा तो, ते होर भी बहुत सारे पंजाब दे हिस्सों तो जिहड़े लोग इत्थे पहुँच रहे ने। सो उन्हां वल्लों जिहड़ी इक पंजाब दे लोकां नूं इक अपील भी कीती गई कि किते ना किते जिहड़ियां अपनियां ज़मीरां नूं जगाउणा पैणा है, अपनी वोट की जिहड़ी वरतों है उस नूं सही ढंग दे नाल करन दी जिहड़ी सेध भी सोनिया मान वल्लों दित्ती गई है। उम्मीद करदे आ इत्थों दी पूरी जानकारी तुहाडे तक पहुँचती होएगी। सो इसी तरह दीआं होर खबरां वेखण दे लई बने रहो साडे HN1 न्यूज़ चैनल दे नाल। तद तक दे लई मैनूं दिओ इजाजत, धन्नवाद। कैमरा परसन सतवंत सिंह दे नाल बड़ौदी टोल प्लाजा तो मनप्रीत कौर दी रिपोर्ट।